سر سعودیا دبئی قطر بحرین مسقط مختلف ملکاں جسا بھیجنے ہیں آگن سین دہی بلے بڑے بہترین دہی بلے اور ایو جے سا کو دہی بلے ڈرا اسماعیل خان ملدن ماشاءاللہ اے مناظر چیک کرو اے اسا آگے فتح پور دے اسٹیڈیم وچ اے صغیر عباس ودا ہے اے سامنے گراؤنڈ ہے انہاں کولو ڈی سی پمپ ہوندن سپلائیاں ہوندیاں اور بجلی والے میرے خیال میں پمپ ہوندن انہاں کولو گرمی تا خیر ہے ہاں کمنٹ سے دیتا کرو کمنٹ اے سے لازمی شیئر مارا کرو تو سا ہاں تیرے باہر ملک وچ دبئی والے بدوا کو دکھاؤ ویڈیو اے انہاں دے موبائل کھن کے انہاں کو اوکے کیتا کرو السلام علیکم تسنے تے پر یوٹیوب چینل کملا سراکی میں سید سہر میں دی امید کرن نے سارے دوست اباب ٹھیک ہو سن سم اللہ علی محمد دی کرم نوازی نال تورے پیار نال تورے دوئی نال تورے محبت نال الحمدللہ ٹھیک ہے ہستے رہو وستے رہو آباد و شاد رہو لائک فالو سبسکرائب کیتی رہو بسم اللہ پڑھ کے اج دا مزدار ولاگ کرن دے پے ہیں فتح پور روڈ تو شروع تکو پچھلے ولاگ وچ دسایا ہے فتح پور ونے اساں ਦਿੱਤਾ ਪਏ ਜਿੱਥਾ ਵਿਊ ਅੱਛਾ ਆਵੇ ਉੱਥੋਂ ਵਲੋਗ ਸਟਾਰਟ ਕਰੋ ਤਾਂ ਮਾਸ਼ਾਅੱਲਾ ਬੜਾ ਖੂਬਸੂਰਤ ਮਨਾਜ਼ਰ ਹਨ ਸਬਜ਼ਾ ਹੀ ਮਾਲਟੇ ਹਨ ਖੱਜੀਆਂ ਹਨ ਤਾਂ ਮੈਂ ਕਿ ਅੱਜ ਦਾ ਵਲੋਗ ਕਰੂੰ ਇੱਥੋਂ ਸਟਾਰਟ ਤਾਂ ਉਮੀਦ ਕਰਦੇ ਹਾਂ ਜਿਸ ਜਿਸ ਮਕਾਮ ਦਾ ਸਾਡੇ ਚਾਹਣ ਵਾਲਾ ਹਨ ਪਾਕਿਸਤਾਨ ਪਾਕਿਸਤਾਨ ਤੋਂ ਬਾਹਰ ਯਕੀਨਨ ਹੋਸਨ ਅੱਲਾ ਆਲ ਮੁਹੰਮਦ ਦੀ ਹਫਤੋ ਅਮਾਨਤ ਵਸਦੇ ਰਹੋ ਜੇ ਵਸਦੇ ਨਾ ਵਸਦੇ ਤੂੰ ਵਸਦੇ ਸਾਰੇ ਦੋਸਤਾਂ ਕੋ ਠੀਕ ਹੈ ਲਵ ਯੂ ਤੁਹਾਡੀ ਜ਼ਿੰਦਗੀ ਦੀ ਹੋਵੇ ਫੁੱਲ ਟਾਈਮ ਖੈਰ ਰਹਿੰਦੇ ਪਏ ਫਤਿਹਪੁਰ ਇਨਸ਼ਾਅੱਲਾ ਤੋਂ ਉੱਥੋਂ ਦੀ ਵੀ ਖੂਬਸੂਰਤੀ ਦਿਖਾਏ ਸੂੰ ਖੂਬਸੂਰਤ ਮਨਾਜ਼ਰ ਦਿਖਾਏ ਸੂੰ اور انشاءاللہ یقیناً تو کوئی مزہ آسی صغیر عباس ساڈے نال ہے السلام علیکم وعلیکم السلام باشو کیا حال ہیں الحمدللہ طبیعت سے ٹھیک ہے سب خیر و خیریت ہے اج انشاءاللہ ولوگ مزیدار بن سی انشاءاللہ سلام سی کے سارے ویوراں کو سے ساڈا فقیراں دا بس دے رہو آباد رہو پردیشاں کو لا سلام ہے لو یو تھی گیا تو کو لو یو ٹو تھی گیا سفر رکھے نے رواں دواں تے تو سارا ساڈے نال نال پہنچ گئے ਮੁੰਡਾ ਨਹਿਰ ਚੌਕ ਮੁੰਡਾ ਨਹਿਰ ਤੇ ਅਸੀਂ ਟਾਈਮ ਆਏ ਖੜੇ ਹਾਂ ਮਾਸ਼ਾਅੱਲਾ ਵਿਊ ਚੈੱਕ ਕਰੋ ਔਰ ਅਲਹਮਦੁਲਿਲਾ ਅੱਜ ਮੌਸਮ ਵੀ ਬੜਾ ਜ਼ਬਰਦਸਤ ਹੈ ਸ਼ੁਕਰ ਤੇ ਅਲਹਮਦੁਲਿਲਾ ਬੜਾ ਬਿਹਤਰੀਨ ਮੌਸਮ ਹੈ ਉਹਨੂੰ ਮਾਲ ਚੜਦਾ ਵੱਧਾ ਹੈ ਸਾਹਮਣੇ ਇੰਟਰ ਠੀਕ ਹੈ ਫਤਿਹਪੁਰ ਦੇ ਏਰੀਆ ਵਿੱਚ ਇਹ ਸਾਡੇ ਲਈਏ ਦਾ ਦਿਲ ਲਿਵੇ ਅੱਗਾ ਮੰਨ ਕੇ ਮਾਰਕੀਟਾਂ ਦੀ ਕਹਿੰਦੇ ਹੈ ਔਰ ਅਸਾਂ ਗਿਰਨੀ ਹੈ ਸਪਲਾਈ ਮਤਲਬ ਅਸਾਂ ਆਈ ਡੀਸੀ ਪੰਪ ਵਾਸਤੇ ਸਾਕ ਉਤੋਂ ਸਹੀ ਨਹੀਂ ਮਿਲੀ ਉਤੋਂ ਵੀ ਗਿੱਧੀ ਆਸੇ ਤੱਕ ਵਲੌਗ ਵਿੱਚ ਮੈਂ ਲਿਖਾਇਆ ਹੈ ਵੀ ਇਹਨਾਂ ਸਪਲਾਈ ਗਿੱਧੀ ਹੈ ਉਹ ਵੀ ਸਪਲਾਈ ਕਾਮਯਾਬ ਨਹੀਂ ਥਈ ਇਹ ਸ਼ੁਰੂ ਥੀ ਗਈ ਹਨ ਮਾਰਕੀਟਾਂ ਇਹ ਹਸਪਤਾਲ ਦੇ ਸਾਹਮਣੇ ਪ੍ਰਾਈਵੇਟ ਕਲੀਨਿਕ ਹੈ ਇਤਾ ਇਲੈਕਟ੍ਰੀਕਲ ਮਕੈਨੀਕਲ ਹਰ ਚੀਜ਼ ਤੱਕ ਮਿਲ ਸੀ ਫਤਿਹਪੁਰ ਸ਼ਹਿਰ ਚ ਜਿਹੜੀ ਸ਼ਹਿਰ ਲਾਹੌਰੋਂ ਮਿਲਦੀ ਹੈ ਉਹ ਇੱਥੋਂ ਤੱਕ ਮਿਲ ਸੀ ਸਪਲਾਈ ਗਿਣ ਗਿੱਧੀ ਸੇ ਉਸਤਾਦ ਮੁਨਵਰ ਦੀ ਦੁਕਾਨ ਤੋਂ ਕਿਉਂਕਿ ਇਹ ਅਸਾਂ ਪ੍ਰੈਕਟੀਕਲ ਕੀਤੀ ਖੜੇ ਇਹ ਸਪਲਾਈ ਅਸਾਂ ਚੈੱਕ ਕੀਤੀ ਹੈ ਸਾਡੇ ਕੋਲ ਪਾਣੀ ਮੋਟਰ ਦਾ ਸਹੀ ਹੈ ਇਹ ਸਪਲਾਈ ਨਾਲ ਇਹਨਾਂ ਕੋਲੋਂ ਡੀਸੀ ਪੰਪ ਹੁੰਦੇ ਨੇ ਸਪਲਾਈਆਂ ਹੁੰਦੀਆਂ ਔਰ ਬਿਜਲੀ ਵਾਲੇ ਮੇਰੇ ਖਿਆਲ ਪੰਪ ਹੁੰਦੇ ਨੇ ਇਹਨਾਂ ਕੋਲੋਂ ਅਗਰ ਉਹਨਾਂ ਦੀ ਮਨਸ਼ਾ ਹੋਵੇ ਆ ਉਹਨਾਂ ਦੀ ਵੀ ਵੀਡੀਓ ਬਣਾਉਂਗਾ ਉਹ ਆਖਣ ਤੇ ਸਾਦੀ ਵੀਡੀਓ ਨਾ ਬਣਾਉਂ ਸਾਡਾ ਸ਼ਰਮ ਆਉਂਦਾ ਹੈ ਇਹ ਹੁਣ ਰੂਟਰ ਤੇ ਲਾ ਕੇ ਚੈੱਕ ਕਰਨੇ ਪਏ ਕਰੰਟ ਦਾ ਤਾਂ ਕਿ ਭਈ ਤਸੱਲੀ ਥੀ ਵਣੇ 3 ਕਿਲੋਮੀਟਰ ਸਾਡੇ ਕੋਲ ਦੂਰ ਹੈ ਫਤਿਹਪੁਰ ਸਾਡੇ ਵਾਸਤੇ ਆਉਣ ਵਾਲਾ ਮਸਲਾ ਆਉਂਦਾ ਹੈ ਇਹ ਪਹਿਲੇ ਅਸੀਂ ਪ੍ਰੈਕਟੀਕਲ ਕੀਤਾ ਇਹ ਸਪਲਾਈ ਕਾਮਯਾਬ ਸਪਲਾਈ ਹੈ ਸਾਡੇ ਕੋਲੋਂ ਮਾਸ਼ਾਅੱਲਾ ਮੋਟਰ ਚੱਲ ਗਈ ਹੈ ਮਾਸ਼ਾਅੱਲਾ ਖੈਰ ਕਰੇ ਸੀ ਦੁਆ ਕਰੇ ਸਾਡੀ ਪਰੇਸ਼ਾਨੀ ਦੂਰ ਥੀ ਵਜੇ ਸਾ ਕੋ ਮੋਟਰ ਪਰੇਸ਼ਾਨ ਕਰ ਦਿੱਤਾ ਸਪਲਾਈ ਤੇ ਲੱਗੀ ਪਈ ਇਹ ਮਾਰਕੀਟ ਹੀ ਵੇ ਟਾਵਰ ਮਾਰਕੀਟ ਇਤਾਂ ਡੀਸੀ ਪੰਪ ਡੀਸੀ ਸਪਲਾਈਆਂ ਵਗੈਰਾ ਬਿਜਲੀ ਵਾਲੀਆਂ ਇਹ ਤੋਂ ਬਾਜ਼ਾਰ ਵੀ ਦਿਖਾ ਦਿੱਤਾ ਇਸੇ ਅਗਰ ਇਤਾਂ ਆਉਣਾ ਚਾਹੋ ਇਹਨਾਂ ਕੋਲ ਗਿੰਸੋ ਡੀਸੀ ਬਿਜਲੀ ਵਾਲੇ ਜੇਸੇ ਵੀ ਗਿੰਸੋ ਮਿਲ ਰਿਹਾ ਸੀ ਮਾਸ਼ਾਅੱਲਾ ਇਹ ਮਨਾਜ਼ਰ ਚੈੱਕ ਕਰੋ ਇਹ ਅਸਾਂ ਆ ਗਏ ਫਤਿਹਪੁਰ ਦੇ ਸਟੇਡੀਅਮ ਵਿੱਚ ਇਹ ਸਗੀਰ ਅਬਾਸ ਵੱਧਾ ਹੈ ਇਹ ਸਾਹਮਣੇ ਗਰਾਊਂਡ ਹੈ ਮਾਸ਼ਾਅੱਲਾ ਗ੍ਰਾਸੀ ਪਲਾਟ ਲੱਗਾ ਹੋਇਆ ਬੜਾ ਖੂਬਸੂਰਤ ਗਰਾਊਂਡ ਹੈ ਇਹ ਤੱਕ ਮਨਾਜ਼ਰ ਅਸਾਂ ਦਿਖਾਉਂਦੇ ਪਏ ਹਾਂ
ਫਤਿਹਪੁਰ ਸਟੇਡੀਅਮ ਦੇ ਅਸਾਂ ਆਪ ਇਹ ਜਹਾਜ਼ ਉੱਤੇ ਪਹਿਲੀ ਦਫ਼ਾ ਆਏ ਹਾਂ। ਮਾਸ਼ਾਅੱਲਾ ਬੜਾ ਖੂਬਸੂਰਤ ਸਟੇਡੀਅਮ ਬਣਾਇਆ ਹੋਇਆ ਇਹਨੇ, ਖੂਬਸੂਰਤ ਮਨਾਜ਼ਰ ਹੋਣ ਅਤੇ ਵਿਵਰਾਂ ਨਾਲ ਅਸਾਂ ਮਨਾਜ਼ਰ ਸ਼ੇਅਰ ਨਾ ਕਰੋ, ਇਹ ਹੋ ਸਕਦਾ ਹੈ। ਔਰ ਅੱਜ ਅਸਾਂ ਆਏ ਵਧੇ ਹਾਂ ਕਿੱਥੇ, ਮੈਂ ਜਿਹੜਾ ਫਤਿਹਪੁਰ ਆਉਂਦਾ ਰਹਿੰਦਾ ਨਾ ਤਾਂ ਮੈਂ ਦਹੀਂ ਬੱਲੇ ਵਾਲੀ ਦੁਕਾਨ 'ਤੇ ਮੈਂ ਬਹੀ ਤਾਂ ਵੇਖ ਗਿਆ, ਮੈਂ ਬੜੇ ਜ਼ਬਰਦਸਤ ਦਹੀਂ ਬੱਲੇ ਹੁੰਦੇ, ਉੱਥਾਂ ਵੈਸੋ ਦਹੀਂ ਬੱਲੇ ਖਾਸੋਂ, ਮੇਰੇ ਮੂੰਹ ਵਿੱਚ ਹੁਣੇ ਨਾਲ ਪਾਣੀ ਸ਼ੁਰੂ ਥੀ ਗਏ। ਔਰ ਤੁਹਾਨੂੰ ਵੀ ਦਿਖਾਈ ਸੁਣ ਦੁਕਾਨ ਅਗਰ ਕਰਾਂ ਫਤਿਹਪੁਰ ਤੁਹਾਡਾ ਚੱਕਰ ਲੱਗੇ ਤਾਂ ਉੱਥਾਂ ਆਵਾਏ, ਲਾਜ਼ਮੀ ਦਹੀਂ ਬੱਲੇ ਖਵਾਏ। ਔਰ ਸਭ ਕੋ ਦੁਆ ਕਰਾ ਵੀ ਤੁਹਾਨੂੰ ਅਸਾਂ ਦੱਸੇ, ਔਰ ਜਿੰਨੇ ਵੀ ਸਾਡੇ ਵੀਵਰ ਫਤਿਹਪੁਰ ਨਾਲ ਤਾਲਕ ਰੱਖਦੇ ਹਨ, ਸਾਡੇ ਨਾਲ ਮੁਹੱਬਤ ਕਰੇ ਦਿਨ, ਤਾਂ ਸਾਰੇ ਫਤਿਹਪੁਰ ਵਾਲਾਂ ਕੋਲ ਲਵ ਯੂ ਥੀ ਗਿਆ। ਇਹ ਆ ਗਏ ਦਹੀਂ ਬੱਲੇ ਵਾਲੀ ਦੁਕਾਨ 'ਤੇ, ਇੰਟਰ ਥੀਂਦੇ ਪਏ। ਅਸਲਾਮ ਵਾਲੇਕੁਮ ਭਾਈ ਜਾਨ, ਕਿਆ ਹਾਲ ਹੈ? ਤਬੀ ਅਸੀਂ ਠੀਕ ਹੈ, ਸਭ ਖੈਰੋ ਖਰੀਆ। ਅੱਛਾ, ਸਾਡੇ ਵੀਵਰਾਂ ਕੋਲ ਆਪਣਾ ਐਡਰੈਸ ਦੱਸਿਆ ਸੋ, ਅਸਾਂ ਕੋ ਤੁਹਾਡੇ ਦਹੀਂ ਬੱਲੇ ਬੜੇ ਪਸੰਦ ਆ, ਆਪਣਾ ਐਡਰੈਸ ਦੱਸਿਆ ਸੋ। ਜਾਂ ਇਹ ਸਾਡਾ ਅਮਰਤਾਲ ਰੋਡ, ਅੱਛਾ ਫਤਿਹਪੁਰ, ਫਤਿਹਪੁਰ ਨੈਕਸਟ ਫਾਰਮੇਸੀ ਦਾ। ਚਲੋ, ਇਹ ਮੈਡੀਕਲ ਕਿਹੜਾ ਨਾਲ ਹੈ? ਨੈਕਸਟ ਫਾਰਮੇਸੀ ਦਾ। ਅੱਛਾ, ਇਹ ਤਾਂ ਆਸੋ ਸਾਦਾ ਵਾਲਾ ਨਾ ਦੇਸੋ, ਸਾਕੂ ਨਹੀਂ ਜਾਣਦੇ ਆਪ। ਇੱਥੇ ਇੱਕ ਬਾਈ ਦਾ ਵੇਖ ਖਾਵਣ ਆਇਆ ਸੀ, ਇੱਕ ਦੀਵਾਰੀ ਮੈਂ ਆਏ ਹੈ, ਇੱਥੇ ਸਾਕੂ ਬੜੇ ਪਸੰਦ ਹਨ, ਮਜ਼ਾ ਆਏ, ਉਮੀਦ ਕਰੇ ਨੇ ਤੁਹਾਨੂੰ ਵੀ ਅੱਛੇ ਲੱਗਣ, ਜਿਹੜਾ ਆਸੋ ਫਤਿਹਪੁਰ ਥਾਈ ਆ ਕੇ ਦਹੀਂ ਬੱਲੇ ਲਾਜ਼ਮੀ ਖਵਾਏ। ਇੱਕ ਦਵਾ ਖਵਾਏ ਪਸੰਦ ਨਾ ਹੋਣ ਤਾਂ ਪੈਸੇ ਸਾਡੇ ਪੁੱਛਾ ਕੇ ਆ ਗਏ ਸਾਈਂ। ਦਹੀਂ ਬੱਲੇ ਬੜੇ ਬਿਹਤਰੀਨ ਦਹੀਂ ਬੱਲੇ, ਔਰ ਇਹੋ ਜਿਹੇ ਸਾਕੂ ਦਹੀਂ ਬੱਲੇ ਡੇਰਾ ਸਮੈਲ ਖਾਨ ਮਿਲਦੇ ਹਨ, ਕਿਉਂਕਿ ਸਾਡਾ ਅਸਲ ਇਲਾਕਾ ਡੇਰਾ ਸਮੈਲ ਖਾਨ, ਉੱਥਾਂ ਮੈਂ ਇਹੋ ਜਿਹੇ ਸਾਕੂ ਦਹੀਂ ਬੱਲੇ ਮਿਲਦੇ ਹਨ। ਬਾਕੀ ਸਾਕੂ ਕਰੋੜ ਦੇ ਵਿੱਚ ਲਈਏ ਦੇ ਵਿੱਚ ਇਹੋ ਜਿਹੇ ਦਹੀਂ ਬੱਲੇ ਕਦਾ ਨਹੀਂ ਮਿਲੇ, ਬਾਅਦ ਫਤਿਹਪੁਰ ਹੀ ਜਾ ਤੇ ਸਾਕੂ ਮਿਲਦੇ। ਸਗੀਰ ਅਬਾਸ, ਦਹੀਂ ਬੱਲੇ ਕਿਵੇਂ ਹਨ? ਬਹੁਤ ਅੱਛੇ ਨੇ, ਕਮਾਲ ਹੈ। ਆਖਰੀ ਹਿੰਨ ਕੋ ਨਾ ਇਹਦੇ ਬਾਲਾ ਸਾਹਿਬ ਹੈ, ਆਪ ਹੈ, ਮਾਸ਼ਾਅੱਲਾ। ਜਲਦੀ ਜਲਦੀ ਖਾਉਂ। ਇਹ ਫਤਿਹਪੁਰ ਦਾ ਮੇਨ ਚੌਕ ਹੀ ਵੇ, ਪਰਲੀ ਸਾਈਡ ਮੋਬਾਈਲਾਂ ਵਾਲੀ, ਮੋਟਰਸਾਈਕਲਾਂ ਵਾਲੀ ਮਾਰਕੀਟ, ਉਹਤੇ ਬੀਆ ਸਮਾਨ ਵਗੈਰਾ ਮਿਲਦਾ ਹੈ, ਇਹ ਇਲੈਕਟ੍ਰੋਨਿਕਸ ਪੇਟੀਆਂ ਵਗੈਰਾ, ਜਨਰਲ ਸਟੋਰ, ਕਰਿਆਨਾ ਸਟੋਰ, ਇਹ ਹੀ ਸਾਈਡ ਦੇ ਉੱਤੇ ਮੇਨ ਚੌਕ ਦੇ ਵਿੱਚ ਖੜੇ। ਮੈਂ ਆਖਰੀ ਮਨਾਜ਼ਰ ਆਪਣੇ ਵੇਵਰਾਂ ਕੋਲ ਦਿਖਾਉਂ, ਇਹ ਸਾਈਡ ਦੇ ਉੱਤੇ ਕਰਿਆਨੇ ਦੇ, ਇਲੈਕਟ੍ਰੋਨਿਕ ਸਮਾਨ ਜੋ ਵੀ ਹੈ, ਪਰਲੀ ਸਾਈਡ ਜਿਹੜੀ ਤੁਹਾਨੂੰ ਦਿਖਾਈ ਸੀ ਉਹਨਾਂ ਦਾ ਮੋਟਰਸਾਈਕਲ, ਮੋਬਾਈਲ ਵਗੈਰਾ ਵਗੈਰਾ, ਕਾਫੀ ਸਾਰੀਆਂ ਦੁਕਾਨਾਂ ਫਤਿਹਪੁਰ ਕੋ ਆਦੇ ਪਏ। ਅਲ ਵੀ ਬਾਅਦ ਵੀ ਤੁਹਾਨੂੰ ਮਨਾਜ਼ਰ ਦਿਖਾਉਂ ਜਾ, ਇਹ ਦਿਭਾਰੀ ਸਾਈਡ ਹੈ ਔਰ ਉਹ ਢਿਲਾਈ ਸਾਈਡ ਹੈ, ਇਹ ਮੁਲਤਾਨ, ਇਹ ਮੀਆਂ ਵਾਲੀ, ਇਹ ਕਰੋੜ ਵਾਲੀ ਸਨ। ਫਤਿਹਪੁਰ ਗੁਆ ਦੇ ਪਏ ਹਨ, ਬਾਏ ਬਾਏ। ਤੁਹਾਨੂੰ ਬਾਏ ਵੀ ਮਨਾਜ਼ਰ ਦਿਖਾ ਸੂ, ਤੁਹਾਨੂੰ ਰਸਤੇ ਦੇ ਬੜੇ ਖੂਬਸੂਰਤ ਮਨਾਜ਼ਰ ਉਹ ਵੀ ਦਿਖਾ ਸੂ, ਫਿਰ ਆਸੋ ਸਾਡੇ ਨਾਲ ਅਪਲੋਡ ਥੀ ਵੇ ਦਫ਼ਾ ਮਜ਼ਾ ਆ ਵਾਂਜੇ, ਚਸ ਆ ਵਾਂਜੇ, ਕਮੈਂਟਸ ਨਾਲ ਭਰਮਾਰ ਕਮੈਂਟਸ ਲਾ ਦੇ ਵਾਂਗੇ, ਮਜ਼ਾ ਆਉਣਾ ਚਾਹੀਦਾ। ਮਾਸ਼ਾਅੱਲਾ, ਇਹ ਮਨਾਜ਼ਰ ਦੇਖੋ, ਅਸਾਂ ਜਿਹੜੇ ਵਾਅਦੇ ਕਰੇ ਨੇ ਤੁਹਾਡੇ ਨਾਲ, ਵਾਅਦੇ ਪੂਰੇ ਕਰੇ ਨੇ ਹੈ ਅੱਲਾ ਦੇ ਹੁਕਮ ਨਾਲ। ਇਹ ਮਨਾਜ਼ਰ ਮਾਸ਼ਾਅੱਲਾ ਚੈੱਕ ਕਰੋ, ਇਹ ਆ ਗਏ ਹੈ ਇੱਕ ਫਤਿਹਪੁਰ ਰੋਡ, ਫਤਿਹਪੁਰ ਕਰੋੜ ਰੋਡ ਦੇ ਉੱਤੇ ਪਾਰਕ ਹੈ, ਸਵਿਮਿੰਗ ਪੂਲ ਹੈ, ਤੁਹਾਨੂੰ ਇੱਥੋਂ ਦੇ ਮਨਾਜ਼ਰ ਦਿਖਾ ਦੇ ਹੈ। ਅੱਗੇ ਇੱਕ ਦਫ਼ਾ ਮੈਂ ਇਹ ਵਲੋਗ ਦੇ ਵਿੱਚ ਇਹ ਮਨਾਜ਼ਰ ਐਡ ਕੀਤੇ ਹਨ। ਉਹ ਕਸ਼ਤੀ ਖੜੀ ਵੇ, ਪਰੋਂ ਸਬਜ਼ੀ ਬੁੜੀ ਹੋਈ ਹੈ, ਔਰ ਇਹ ਸਵਿਮਿੰਗ ਪੂਲ ਹੈ, ਮਾਸ਼ਾਅੱਲਾ ਚੈੱਕ ਕਰੋ। ਔਰ ਇਹ ਭਾਈ ਧਾਂਦੇ ਵਧਨ, ਇਹ ਫਤਿਹਪੁਰ ਤੋਂ ਕਰੋੜ ਰੋਡ 'ਤੇ ਤਕਰੀਬਨ 5 ਕਿਲੋਮੀਟਰ ਪਿੱਛਾ ਥੀ, 5 ਕਿਲੋਮੀਟਰ ਥੀ ਵੈਸੇ ਨਾ ਫਾਸਲਾ, ਕਰੋੜ ਵਾਲੇ ਪਾਸੋਂ ਆਸੋ, ਫਤਿਹਪੁਰ ਤੋਂ ਪਹਿਲੇ 5 ਕਿਲੋਮੀਟਰ 6 ਕਿਲੋਮੀਟਰ ਦਾ ਫਾਸਲਾ ਹੋ ਸੀ। ਇਹ ਪਾਰਕ ਹੈ, ਪਾਰਕ ਦੇ ਹੁਣ ਸਾਨੂੰ ਨਾਂ ਦਾ ਨਹੀਂ ਪਤਾ, ਸਗੀਰ ਪਾਰਕ ਦਾ ਨਾਂ ਦਾ ਪਤਾ ਹੈ ਵੀ ਨਹੀਂ ਪਤਾ, ਅਨਪੜ ਬੰਦਾ, ਮਗਰ ਆਸੋ ਤਾਂ ਕੋਈ ਪਤਾ ਲੱਗ ਵੇ ਸੀ। ਇਹ ਰੋਡ ਹੀ ਮੈਂ ਤੁਹਾਨੂੰ ਦਿਖਾਉਂ ਚਾਹੇ, ਇਹ ਰਿਕਸ਼ਾ ਵੈਂਦਾ ਪਈ ਰੋਡ ਤੋਂ। ਮਾਸ਼ਾਅੱਲਾ, ਬੜੇ ਖੂਬਸੂਰਤ ਮਨਾਜ਼ਰ ਹਨ, ਬੜਾ ਸਾਫ਼ ਸੁਥਰਾ ਮਾਹੌਲ ਹੈ, ਸਾਕੂ ਤਾਂ ਇਹ ਮਨਾਜ਼ਰ ਬਹੁਤ ਹੀ ਅੱਛੇ ਲੱਗਦੇ ਨੇ। ਸਹੀ ਵਜੇ ਤੁਹਾਨੂੰ ਰੁਕੇ ਹੈ ਸਗੀਰ ਅਬਾਸ ਕੋਲ, ਜਲਦੀ ਆਈ ਉਹਦੇ ਬਾਵਜੂਦ ਹੀ ਸਗੀਰ ਅਬਾਸ ਕੋ ਮੈਂ ਆ ਕੇ ਮਨਾਜ਼ਰ ਆਪਣੇ ਵੀਵਰਾਂ ਕੋਲ ਦਿਖਾ ਸੂੰ। ਆਖਾ ਜੀ ਆਪਾਂ ਦੇਖਿਓ ਸੂੰ, ਤਾਂ ਕੋ ਮਜ਼ਾਕ ਕੀਤੀ ਸੇ ਗਰਮੀ ਤਾਂ ਅਖੀਰ ਹੈ। ਹਾਂ, ਕਮੈਂਟ ਸੇ ਦਿੱਤਾ ਕਰੋ, ਕਮੈਂਟ ਇਹ ਸੇ ਲਾਜ਼ਮੀ ਸ਼ੇਅਰ ਮਾਰਾ ਕਰੋ ਤੁਸਾਂ। ਹਾਂ, ਜੇ ਬੈਰ ਮੁਲਕ ਚ ਦੁਬਈ ਵਾਲੇ ਬਦਵਾ ਕੋ ਦਿਖਾਓ ਵੀਡੀਓ, ਇਹ ਉਹਨਾਂ ਦੇ ਮੋਬਾਈਲ ਖਿੰਨ ਕੇ ਉਹਨਾਂ ਕੋ ਓਕੇ ਕੀਤਾ ਕਰੋ। ਇਹ ਮਾਸ਼ਾਅੱਲਾ ਉੱਤੇ ਬੜਾ ਬਿਹਤਰੀਨ ਮਾਹੌਲ ਬਣਾ ਹੋਏ, ਜੰਪ ਮਰੇ ਨੇ, ਸਲਿਪ ਥੀਂਦੇ ਨੇ, ਥੱਲੇ ਪਾਣੀ 'ਚ ਵੰਜ ਪਾਉਂਦੇ, ਬੜਾ ਮਜ਼ਾ ਆਏ।
ਤਾਂ ਤੁਸੀਂ ਹੀ ਆਪਣੀ رائے ਕਮੈਂਟਸ ਵਿੱਚ ਲਾਜ਼ਮੀ ਦੇਣੀ ਹੈ ਭਈ ਇਹ ਮਨਾਜ਼ਰ ਤੋਂ ਕੋ ਲਗੇ ਕਿਵੇਂ ਔਰ ਇਹ ਵੇ ਪਿਲਕਣ ਦਾ ਦਰਖਤ ਜਿਹੜਾ ਮੈਂ ਬਾਹਰੋਂ ਥੱਲੇ ਤੇ ਲਈ ਪਿਆ ਹੁਣ ਸਪੀਡ ਮਾਰੂ ਪਿੱਛਾ ਤੁਆਦੀਆਂ ਉਵੇਂ ਤੇ ਉਵੇਂ ਖੜਨ ਤੋਂ ਸਾਲ ਠੀਕ ਹੈ ਵਧਿਆ ਨਹੀਂ ਪਿਲਕਣੀ ਤੁਆਦੀਆਂ ਹਾਂ ਕੁਕਣੀ ਪੰਜ ਵਧਿਆ ਜੀ ਹਾਂ ਸਾਲ ਦੇ ਬਾਅਦ ਆਇਆ ਉਹੇ ਪੰਜ ਦੀਆਂ ਪੰਜ ਵਧਿਆ ਬੱਕਰੀਆਂ ਜੇ ਤੁਣ ਹੀਨ ਤਾਂ ਸਾਦੀਆਂ ਪਿਲਕਣੀ ਸਾਵੀਆਂ ਨਹੀਂ ਸਾਦੀਆਂ ਬੱਕੀਆਂ ਹੁਣ ਭੁੱਖ ਮਰਨ ਹਾਏ ਮਾਸ਼ਾਅੱਲਾ ਇਹ ਮਨਾਜ਼ਰ ਚੈੱਕ ਕਰੋ ਪਾਰਕ ਕੋ ਆਦੇ ਪਏ ਹੈ ਬਾਏ ਬਾਏ ਠਾ ਠਾ ਅੱਲਾ ਹਾਫਿਜ਼ ਇਹ ਸਹੀ ਰੋਡ ਦੇ ਉੱਤੇ ਚੜ ਗਏ ਇਹ ਤੁਹਾਨੂੰ ਐਡਰੈਸ ਇਵੇਂ ਜੇ ਤੂੰ ਸਮਝਾਉਂਦੇ ਪਏ ਹੈ ਤਾਂ ਕਿ ਆਉਣਾ ਚਾਹੋ ਤਾਂ ਤੁਹਾਨੂੰ ਪਤਾ ਲੱਗ ਵਾਲੇ ਇਹ ਚੜ ਗਏ ਹੈ ਫਤਿਹਪੁਰ ਕਰੋਲ ਰੋਡ ਤੇ ਸਫ਼ਰ ਰੱਖੇ ਨੇ ਰਮਾਂ ਦਵਾਂ ਤੇ ਤੂੰ ਸਾਰਾ ਤੋਂ ਸਾਰੇ ਨਾਲ ਨਾ ਮਾਸ਼ਾਅੱਲਾ ਕੋਠੀ ਦੇਖੋ ਜੈਂਦੀ ਵੀ ਹੈ ਅੱਲਾ ਦੀ ਪਾਕ ਜ਼ਾਤ ਉਹਦੇ ਨਸੀਬ ਕਰੇ ਮਾਸ਼ਾਅੱਲਾ ਬੜੀ ਖੂਬਸੂਰਤ ਕੋਠੀ ਗੁਜ਼ਰਦੇ ਪਏ ਆਸੇ ਰੋਡ ਤੋਂ ਇਹ ਅਸਾਂ ਮਨਾਜ਼ਰ ਡਿੱਠਣ ਇਹ ਨਰਸਰੀ ਹੈ ਸਰੀਆਂ ਦੀ ਇਹ ਮਾਸ਼ਾਅੱਲਾ ਸਰੀ ਦੇਖੋ ਇਹ ਤਿਆਰ ਸਰੀ ਹਨ ਇਹ ਪਟੀਂਦੇ ਵਧਣ ਇਹਨਾਂ ਦੇ ਉੱਤੇ ਛਾਪਰ ਚੜ੍ਹਦਾ ਪਈ ਹੈ ਇਹ ਭਾਈ ਹੋਣੀ ਬੈਠੇ ਇਹਨਾਂ ਕੋਲ ਪੁੱਛਦੇ ਹੈ ਵੀ ਇਹ ਖੈਰ ਇਹ ਮੌਸਮ ਤਾਂ ਕੋਈ ਨਹੀਂ ਦਰਖਤਾਂ ਦਾ ਇਹ ਕਿਉਂ ਛਾਪਰ ਚੜ੍ਹਦੇ ਪੈਣ ਔਰ ਕਿਸ ਵਾਸਤੇ ਇਹ ਪੈਕ ਥੀਂਦੇ ਪੈਣ ਅਸਾਂ ਸਮਝਾਏ ਸਿਰਫ ਸਰੀ ਹਨ ਸਰੀ ਦੇ ਨਾਲ ਮਾਲਟੇ ਵੀ ਹਨ ਤੋ ਮਾਲਟੇ ਵੀ ਦਿਖਾਉਂਦੇ ਹੈ ਇਹ ਮਾਲਟਿਆਂ ਦੀ ਨਰਸਰੀ ਹੈ ਉੱਪਰੋਂ ਸ਼ਤੂਤ ਹਨ ਅਸਾਂ ਸਮਝਾਏ ਸਿਰਫ ਸਰੀ ਹਨ ਜੰਮੂ ਹਨ ਅਸਲਾਮ ਅਲੈਕੁਮ ਭਾਈ ਜਾਨ ਜੀ ਵਾਲੇਕੁਮ ਸਲਾਮ ਕੀ ਹਾਲ ਹੈ ਠੀਕ ਹੈ ਤਬੀਅਤ ਸੇ ਠੀਕ ਹੈ ਸਭ ਖੈਰੋ ਖਰੀਅਤ ਹੈ ਅੱਛਾ ਇਹ ਸਰੀ ਮੈਂ ਡਿਟਨ ਮੈਂ ਪਰੋਂ ਕੁਲ ਤਾਂ ਸਰੀ ਡਿਟਨ ਇੱਥਾਂ ਆਇਆ ਤਾਂ ਬਹੁਤ ਵੱਡੀ ਨਰਸਰੀ ਹੈ ਸਮਝ ਸਾ ਕੋ ਨਹੀਂ ਹੈ ਵੀ ਇਤਨੇ ਵੱਡੇ ਵੱਡੇ ਸਰੀ ਇਹ ਤੁਸੀਂ ਕਿੱਥਾਂ ਭੇਜਦੇ ਪਏ ਵੇ ਇਹ ਸਰ ਸਾਊਦੀ ਆ ਦੁਬਈ ਕਤਰ ਬਹਿਰੀਨ ਸਹੀ ਹੈ ਮਸਕਤ ਮੁxtਲਫ ਮੁਲਕਾਂ ਜਿਸਾਂ ਭੇਜਨੇ ਆ ਅੱਛਾ ਇਸ ਤਿਆਰ ਕਰਨੇ ਆ ਐਕਸਪੋਰਟ ਤੋਂ ਤੂੰ ਆਰਡਰ ਕਿਵੇਂ ਦੇ ਦਿੰਦੇ ਅਸਾਂ ਆਨਲਾਈਨ ਸੇਲ ਕਰਨੇ ਫੇਸਬੁੱਕ ਦੇ ਥਰੂ ਅੱਛਾ ਮਾਸ਼ਾਅੱਲਾ ਇਹ ਤੂੰ ਕਿਹਸ਼ੇ ਤੇ ਵੈਸਨ ਇਥੋਂ ਕੰਟੇਨਰ ਥੋੜੀ ਦੇਰ ਤੱਕ ਪਹੁੰਚਣ ਵਾਲਾ ਹੈ ਮਾਲ ਅਗਰ ਇਥੋਂ ਪੱਟਾ ਪੈ ਸਹੀ ਹੈ ਠੀਕ ਹੈ ਇਹ ਅਸਾਂ ਲੋਡ ਕਰੇ ਸੂ ਇਹ ਵੈਸੀ ਸ਼ਿਪ ਦੇ ਉਤੇ ਅੱਛਾ ਸ਼ਿਪ ਦੇ ਜ਼ਰੀਏ ਵੈਸੀ ਇਹ ਮੈਂਦਾ ਪੇ ਮਾਲ ਦੁਬਈ ਇਹ ਇਹਦਾ ਮਕਸਦ ਹੈ ਸਮੁੰਦਰ ਦੇ ਜ਼ਰੀਏ ਵੈਸੀ ਸਮੁੰਦਰ ਦੇ ਜ਼ਰੀਏ ਸਹੀ ਹੈ ਉਹ ਪੇਮੈਂਟ ਪਹਿਲੇ ਕਰ ਦਿੰਦੇ ਨੇ ਮਾਲ ਵੈਸੀ ਤਾਂ ਬਾਅਦ ਵਿੱਚ ਕਰੇ ਸਨ ਪਹਿਲੇ ਕਰ ਦਿੰਦੇ ਨੇ ਪੇਮੈਂਟ ਵਾਹ ਇਤਮਾਦ ਦੇ ਉਤੇ ਕੰਮ ਚੱਲਦਾ ਵੀ ਹੈ ਆਪਣਾ ਨਾਮ ਦੱਸਿਆ ਸੋ ਸਦਾਕਤ ਅਲੀ ਔਰ ਨਰਸਰੀ ਦਾ ਲਾਈਫ ਨਰਸਰੀ ਫਾਰਮ ਚੱਕ ਨੰਬਰ 99 ਐਮਐਲ ਚਲੋ ਮਾਸ਼ਾਅੱਲਾ ਤੇ ਇਹ ਇੱਕ ਪੌਦਾ ਕਿਤਨੇ ਦਾ ਹੈ ਜਿਵੇਂ ਹੁਣ ਪੱਟੇ ਪੈਣ ਇਹ ਵਾਲੇ ਪੌਦੇ ਇਹ ਇੱਕ ਪੌਦਾ ਕਿਤਨੇ ਦਾ ਹੈ ਮੁxtਲਫ ਰੇਟ ਹੁੰਦੇ ਨੇ ਇਹ ਕੋਈ ਘੱਟ ਤੋਂ ਘੱਟ ਜਿਹੜਾ ਰੇਟ ਤਕਰੀਬਨ ਕੋਈ $15 ਅੱਛਾ ਮਾਸ਼ਾਅੱਲਾ $50 $100 ਇਹ ਮੁxtਲਫ ਇਹਦਾ ਮਕਸਦ ਹੈ ਪਾਕਿਸਤਾਨੀਆਂ ਦਾ ਕੰਮ ਨਹੀਂ ਪਾਕਿਸਤਾਨੀ ਦੇ ਦਿੰਦੇ ਰੁਪਏ ਤੁਸੀਂ ਖੇਡਦੇ ਵੇ ਡਾਲਰਾਂ ਨਾਲ ਇੰਟਰਨੈਸ਼ਨਲ ਮਾਰਕੀਟ ਜਿਹੜੀ ਚੀਜ਼ ਹੁੰਦੀ ਹੈ ਨਾ ਉਹ ਡਾਲਰ ਚ ਵੰਦੀ ਹੈ ਉਹ ਰੁਪਏ ਚ ਨਹੀਂ ਵੰਦੀ ਇਹ ਤਾਂ ਪਾਕਿਸਤਾਨ ਵਿੱਚ ਵੀ ਵਿਚੰਦੇ ਵੇ ਇੱਥਾਂ ਵੀ ਅਗਰ ਸਾਨੂੰ ਕੋਈ ਗਿੰਦੇ ਤਾਂ ਬਸ ਉਹ ਗਿੰਦੇ ਸਾਨੂੰ ਡਾਲਰ ਹੀ ਆਏ ਕਿਉਂਕਿ ਸਾਡਾ ਸਿਸਟਮ ਹੀ ਹੋ ਜਿਆ ਹੈ ਖਰਚਾ ਵੀ ਸਾਰਾ ਡਾਲਰ ਇੱਥੇ ਆਖੜੇ ਅੱਛਾ ਗਿੰਦੇ ਇਹਦੇ ਰੇਟ ਡਾਲਰ ਹੀ ਹੁੰਦੇ ਮਾਸ਼ਾਅੱਲਾ ਸਹੀ ਔਰ ਇਹ ਤਾਂ ਕਿਹੜੀ ਕਿਹੜੀ ਸ਼ਾਇ ਹੈ ਇਸ ਨਰਸ ਦੇ ਕੋਲ ਕਿੰਨੂ ਮਾਲਟਾ ਮੁਸੰਮੀ ਫਰੂਟਰ ਮਿੱਠਾ ਆਲੂ ਬੁਖਾਰਾ ਖੁਬਾਨੀ ਜਾਮਨ ਵਾਹ ਮਤਲਬ ਇਹ ਫਰੂਟਿੰਗ ਵਾਲੇ ਪੌਦੇ ਹਨ ਸਹੀ ਇਹ ਫਰੂਟ ਵਾਲੇ ਹੁੰਦੇ ਗਰੰਟੀ ਦੇਨ ਗਰੰਟੀ ਵਾਲੇ ਇਨਸ਼ਾਅੱਲਾ ਗਰੰਟੀ ਚਲੋ ਮਾਸ਼ਾਅੱਲਾ ਠੀਕ ਹੈ ਸਹੀ ਮਿਹਰਬਾਨੀ ਮੌਲਾ ਵਸਦਾ ਰੱਖੇ ਭਜਨ ਆਪਣਾ ਨਾਮ ਦੱਸਿਆ ਸੋਚਾ ਭਜਨ ਪਰਾਂ ਕਰ ਗਨ ਹੁੰਦੇ ਇੰਟਰਵਿਊ ਦੇ ਨਾ ਭਾਈ ਦਾ ਨਾਮ ਹੈ ਪਰਾਂ ਕਰ ਨਾ ਇੱਕ ਗਾਲ ਇਹ ਯਾਰ ਤੈ ਸਰ ਤੈ ਅੱਛਾ ਆਪਣਾ ਨਾਮ ਦੱਸ ਹੁਣ ਤੇ ਪੈ ਗਏ ਮੇਰਾ ਨਾਮ ਮੁਹੰਮਦ ਉਸਮਾਨ ਹੈ ਮੁਹੰਮਦ ਉਸਮਾਨ ਭਜਨ ਆਪਣਾ ਨਾਮ ਦੱਸਿਆ ਸੋਚਾ ਮੁਹੰਮਦ ਵਸੀਮ ਉਹਨਾਂ ਦੇ ਕੀ ਨਾਮ ਹਨ ਭਾਈ ਹੋਣੀ ਦੇ ਉਹ ਇੱਕ ਨਾਮ ਭਾਈ ਸ਼ਹਿਦ ਅੱਛਾ ਅੱਛਾ ਤੂੰ ਸੱਲੇ ਬਾਰੀ ਵੇ ਜੀ ਹੱਲੇ ਬਾਰ ਮਾਸ਼ਾਅੱਲਾ ਜੀ ਆ ਸਮ ਮਜ਼ਦੂਰ ਬੰਦੇ ਹਾਂ ਚਲ ਮਾਸ਼ਾਅੱਲਾ ਇਹ ਸਹੀ ਮਨਾਜ਼ਰ ਦੇਖੋ ਬੜੇ ਖੂਬਸੂਰਤ ਮਨਾਜ਼ਰ ਹਨ ਸਾਗ ਤੇ ਬੜਾ ਮਜ਼ਾ ਆਇਆ ਅਸਾ ਰੋਡ ਤੋਂ ਤੱਲੇ ਲੱਥੇ ਆ ਸਾਹਮਣੇ ਰੋਡ ਹੈ ਮਿਹਨਤ ਕੀਤੀ ਹੈ ਔਰ ਇਹ ਮਨਾਜ਼ਰ ਤੋਂ ਕੁੜੀ ਖੈਸ ਹੈ ਮਾਸ਼ਾਅੱਲਾ ਬਹੁਤ ਵੱਡੀ ਨਰਸਰੀ ਹੈ ਕਰੋਲ ਫਤਿਹਪੁਰ ਰੋਡ ਤੇ ਮਾਸ਼ਾਅੱਲਾ ਸਹੀ ਇੰਡੈਕਸ ਤੇ ਪਹੁੰਚ ਗਏ ਅਲਮ ਪਾਕ ਚੈੱਕ ਕਰੋ ਮਾਸ਼ਾਅੱਲਾ ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲੇ ਮੁਹੰਮਦ ਖੈਰ ਨਾਲ ਪਹੁੰਚ ਗਏ ਘਰ ਬਹੁਤ ਜ਼ਿਆਦਾ ਖੁਸ਼ ਹਾਂ ਸਾਡੀ ਟੈਨਸ਼ਨ ਠੀਕ ਹੈ ਦੂਰ ਇਹ ਪਾਣੀ ਚੈੱਕ ਕਰੋ ਮਾਸ਼ਾਅੱਲਾ ਅੱਗੇ ਇਹ ਤੋਣੀ ਪਾਣੀ ਆਉਂਦਾ ਇਹ ਨਿਸ਼ਾਨ ਤੱਕ ਹੁਣ ਮਾਸ਼ਾਅੱਲਾ ਦੀਵਾਰ ਤੱਕ ਪਾਣੀ ਵਾਂਦਾ ਪੀਏ ਪਾਣੀ ਦੀ ਸਪੀਡ ਚੈੱਕ ਕਰੋ
थैंक यू मुनव्वर हुसैन थैंक यू उस्ताद मुनव्वर की दुकान तू की से सप्लाई तो दिखाई से दुकान अगर सप्लाई सोलर पंप घिरना हो अच्छा पंप है अच्छी सप्लाइया होंगे उतों वन के घिनसो अस तो यो मशुरा दे बाकी तो है अपनी मर्जी हूँ अस कढ़े ने सही बात मिलते हैं शामी सही कड़ के तरासो साढ़े वेलकम बैक आ गया से फतेहपुरी वापस गर्मी की शिदत बहुत ज्यादा थी गई है जल्द वेंदे पैसे तो उल मौसम बेहतरीन है जल्द वल्ले हैं तो बहुत ज्यादा गर्मी आई उन बाद वीवर लिखी पैन कमेंट्स भाई फतेहपुर कदा आसो तो भाई जान माजरत मैं जल्द फतेहपुरी वापस आ गया तो मैं थोड़ा कमेंट्स पढ़े माजरत करें अज अस फतेहपुर थी के वल आए से मौला पंचन पाक तो वसदा रखें गर्मी हूँ भी बहुत ज्यादा है बिजली देखो अल्लाह कि आ गई है बिजली हूँ आई वे बिजली आंधी वेंदी खड़ी है सही व्लॉग का करेंदे हैं एंड तुम्हारी खातर मेहनत करेंदे हैं तुस आप डिठे भाई अच्छे अच्छे मनाजर तो दिखाई रहने हैं तो कोशिश साड़ी इहा होंदी है भी साडे वीवर लुत्फानंदोज थी वन तो तुसा मुहब्बतें इजाफा किया करो कमेंट्स किया करो लाइक किया करो सब्सक्राइब किया करो फॉलो किया करो साडे पेज यूट्यूब चैनल को फेसबुक पेज को फॉलो और सब्सक्राइब लाजमी किया करो और अच्छे अच्छे कमेंट्स ही दीते करो तो ई वीडियो का करें थी एंड अगर जींदे रही हो से कल नवी वीडियो मिलसूँ हे जिंदगी था उतनी अल्लाह सोने दे हवाले पाकिस्तान जिंदाबाद बाय बाय टाटा अल्लाह हाफिज़।